ਮੁਰਦਾਬਾਦ, ਫਾਜ਼ਿਲਕਾ ਪੰਜਾਬ ਪੁਲਿਸ ਮੁਰਦਾਬਾਦ, ਪਿੰਡ ਦੀ ਪੜਤਾਲ ਹੋਵੇ। ਬਕਾਇਦਾ ਮਕਾਨ ਜਿਹੜੇ ਹੈਗੇ ਨੇ ਪਿੰਡ ਦੇ ਨੌਲਾਂ ਦੇ, ਉਹ ਸਾਰੇ ਮਕਾਨ ਜਿਹੜੇ ਹੈਗੇ ਨੇ ਕੋਠੀਆਂ ਵਾਲੇ ਮਕਾਨ ਦੇ ਵਿਚਾਰਿਆਂ ਦੀ ਸਰ ਅਸੀਂ ਇੱਥੇ ਆਏ ਸੀਗੇ, ਪਹਿਲਾਂ ਇੱਕ ਮੁੰਡਾ ਮੇਰੇ ਨਾਲ ਹੋ ਰਿਹਾ ਪਿੰਡ ਦਾ, ਅਸੀਂ ਦੋਵੇਂ ਹੀ ਆਏ ਸੀਗੇ ਅਤੇ ਅਸੀਂ SHO ਸਾਹਿਬ ਨੂੰ ਕਾਰਵਾਈ ਜਿਹੜਾ ਸਾਡੇ ਪਿੰਡ ਦੇ ਵਿੱਚ ਚੋਰੀ ਕੀਤੀ ਹੈ ਨਾਕਾਮ ਰੇਟਾਂ ਨੇ ਅਤੇ ਹੋਰ ਨਾਲ ਮੁੰਡੇ ਹੈਗੇ ਸੀ, ਇਹਨਾਂ ਨੇ ਗੁੰਡਾਗਰਦੀ ਦਿਨੇ ਜਾ ਕੇ ਲੁੱਟਮਾਰ ਕੀਤੀ, ਉੱਥੇ ਮੁੰਡਾ ਆਮ ਜਲਾਸ ਮਤਾ ਪਾ ਕੇ ਲੋਕਾਂ ਨੇ ਉਹ ਜਿਹੜਾ ਹੈਗਾ ਪਾਣੀ ਵਾਟਰ ਬਕਸ ਦਾ ਛੱਡਣ ਵਾਸਤੇ ਰੱਖਿਆ ਹੋਇਆ ਅਤੇ ਉਹਦੇ ਕੋਲ ਸਪੇਅਰ ਕੋਈ ਸਮਾਨ ਹੈਗਾ ਸੀ, 30 ਦੀ ਮੋਟਰ ਹੈਗੀ ਸੀ, ਕੋਈ ਪਾਈਪਾਂ ਹੈਗੀਆਂ ਸੀ ਸਰ, ਇਹ ਜਾ ਕੇ ਗੁੰਡਾਗਰਦੀ ਨਾਲ ਚੱਕਣ ਲੱਗ ਗਏ, ਉਹਨੂੰ ਥਵਕੀਆਂ ਲਾ ਕੇ ਇਹ 25-30 ਬੰਦੇ ਚਲੇ ਗਏ ਉੱਥੇ, ਪਰ ਜਿਹਦੇ ਵਿੱਚ ਜਿਹੜੇ ਜ਼ਿਆਦਾ ਮੁੰਡੇ ਦੇ ਨਾਲ ਧਮਕੀਆਂ ਦਿੰਦੇ ਰਹੇ ਨੇ ਉਹ ਕਾਮ ਰੇਟਾਂ ਦੇ ਹੈਗੇ ਨੇ, ਇੱਕ ਹੈਗਾ ਰਾਜ ਸਿੰਘ ਮੇਰੇ ਪਿੰਡ ਦਾ, ਇੱਕ ਹੈਗਾ ਜੀ ਸ਼ਬੇਗ ਸਿੰਘ, ਇਹ ਜਿਹੜਾ ਸ਼ਬੇਗ ਸਿੰਘ ਹੈ ਇਹ ਉਹਨੂੰ ਸ਼ਹਿ ਦਿੰਦਾ ਵੀ ਉੱਥੇ ਤੂੰ ਗੁੰਡਾਗਰਦੀ ਕਰ, ਕਈ ਵਾਰੀ ਇਹ ਸਾਡੇ ਉੱਥੇ ਨਰੇਗਾ ਦੇ ਵਿੱਚ ਵੀ ਕਰਦੇ ਰਹੇ ਨੇ, ਹਰ ਥਾਂ ਸਰ ਵੀਡੀਓ ਦਫ਼ਤਰ ਜਾ ਕੇ ਥੱਕੇ, ਇੱਥੇ ਥੱਕੇ, ਗੁੰਡਾਗਰਦੀ ਕਰਕੇ ਲੁੱਟਮਾਰ ਕਰਕੇ 30 ਦੀ ਮੋਟਰ ਲੈ ਗਏ, ਇਹ ਸਰ ਐਪਲੀਕੇਸ਼ਨ ਲੱਗੀ ਸਾਡੀ ਸਰ, ਤਰੀਕ ਹੁਣ ਮੈਨੂੰ ਨਹੀਂ ਯਾਦ ਆ ਰਿਹਾ, ਇੱਥੇ ਧਰਨਾ ਲਾਇਆ, ਅਸੀਂ ਕਾਰਵਾਈ ਦੀ ਮੰਗ ਕਰਨ ਆਏ ਹਾਂ ਵੀ ਮਹਿਕਮੇ ਨੂੰ ਐਪਲੀਕੇਸ਼ਨ ਦਿੱਤੀ ਸੀਗੀ ਅਤੇ ਮਹਿਕਮੇ ਨੇ ਉਹਨਾਂ ਦੇ ਖਿਲਾਫ਼ ਲਿਖ ਕੇ ਭੇਜਿਆ, SHO ਸਾਹਿਬ ਨੇ ਇਹੀ ਬੇਨਤੀ ਕਰ ਰਹੇ ਸੀ ਵੀ ਤੁਸੀਂ ਸਰ ਕਾਰਵਾਈ ਕਰੋ, ਕਿਉਂ ਨਹੀਂ ਕਾਰਵਾਈ ਕਰ ਰਹੇ ਹੋ, ਅਤੇ ਉਹ SHO ਸਾਹਿਬ ਕਹਿੰਦਾ ਵੀ ਕੋਈ ਗੱਲ ਨਹੀਂ ਥੋੜ੍ਹਾ ਜਿਹਾ ਕਰਦੇ ਅਸੀਂ ਟਾਈਮ ਦਿਓ, ਉਹਨਾਂ ਕੋਲ ਟਾਈਮ ਦੇ ਵਿੱਚ ਹੀ ਉਹ ਸਰ ਉੱਥੇ ਆ ਕੇ ਧਰਨਾ ਉਹਨਾਂ ਲਾ ਤਾ, ਅਤੇ ਸਰ ਪੰਜਾਬ ਪੁਲਿਸ ਜੋ ਸਹੀ ਕੰਮ ਕਰਦੀ ਹੈ ਇਹ ਉਹਨਾਂ ਨੂੰ ਕਰਨ ਨਹੀਂ ਦਿੰਦੀ, ਐਵੇਂ ਨਜਾਇਜ਼ ਆ ਕੇ ਧਰਨਾ ਲਾਇਆ ਨੇ, ਮੈਂ ਇੱਥੋਂ ਲੰਘ ਰਿਹਾ ਸੀ, ਮੁੰਡਾ ਮੇਰੇ ਨਾਲ ਇਕੱਲਾ ਹੈਗਾ ਸੀ ਅਤੇ ਇਹਨਾਂ ਨੇ SHO ਸਾਹਿਬ ਪੰਜਾਬ ਪੁਲਿਸ ਮੁਰਦਾਬਾਦ ਕਿਹਾ ਅਤੇ ਮੈਂ ਉੱਥੇ ਸਰ ਜਿੰਦਾਬਾਦ ਕਿਹਾ ਤਾਂ ਇਹ ਉੱਠ ਕੇ ਮੇਰੇ ਗੱਲ ਲੱਗ ਗਏ ਨੇ, ਹਾਂਜੀ ਮੈਨੂੰ ਧੱਕਾ ਮੁੱਕੀ ਕੀਤੀ ਇਹਨਾਂ ਨੇ ਸਰ, ਮੇਰੇ ਮੈਨੂੰ ਕੋਈ ਸਮਝ ਹੀ ਨਹੀਂ, ਇਹ 25-30 ਬੰਦੇ ਉੱਠਦੇ ਆ ਸਾਰੇ ਸਾਰੇ ਜਿਹੜੇ ਗੁੰਡਾਗਰਦੀ ਕਰਨ ਵਾਲੇ ਅਤੇ ਇਹ ਗੱਲ ਲੱਗ ਗਏ ਸਰ, ਮੈਂ ਇਕੱਲਾ ਬੰਦਾ ਸੀ, ਅਸੀਂ ਫਿਰ ਬਾਅਦ 'ਚ ਜੀ ਜਿਹੜੇ ਇਨਸਾਫ ਦੀ ਮੰਗ ਕਰਨ ਵਾਲੇ ਮੇਰੇ ਪਿੰਡ ਦੇ ਲੋਕ ਆਏ ਨੇ ਵੀ ਇਹਨਾਂ ਨੇ ਗਲਤ ਕੀਤਾ, ਇਹਨਾਂ 'ਤੇ ਕਾਰਵਾਈ ਬਣਦੀ ਹੈ ਜਿਹੜੀ ਉਹ ਕੀਤੀ ਜਾਵੇ, ਜਿਹੜਾ ਇਹਨਾਂ ਨੇ ਸਰ ਹੁਣ ਗੁੰਡਾਗਰਦੀ ਕੀਤੀ ਹੈ ਸ਼ਬੇਗ ਸਿੰਘ ਨੇ, ਰਾਜ ਸਿੰਘ ਹੈਗਾ ਉਹ ਮੇਰੇ ਪਿੰਡ ਦਾ, ਰਮੇਸ਼ ਚੰਦਰ ਹੈਗਾ, ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਸਰ, ਮੇਰੀ ਇਹ ਮੰਗ ਹੈਗੀ ਹੈ, ਜੋ ਇਹਨਾਂ ਨੇ ਉੱਥੇ ਲੁੱਟਮਾਰ ਕੀਤੀ ਸਮਾਨ ਦੀ ਮਹਿਕਮੇ ਵੀ ਲਿਖ ਕੇ ਭੇਜਿਆ, ਉਹ ਇਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਹਨਾਂ ਦੇ ਰਹੇ ਸਰ ਵੀ ਸਾਡੇ 'ਤੇ ਕਾਰਵਾਈ ਨਾ ਕੀਤੀ, ਉਹਨਾਂ ਦੀ ਸਰ ਸਾਡੇ ਕੋਲ ਵੀਡੀਓ ਹੈ, ਸਬੂਤ ਹੈ ਸਰ ਸਾਡੇ ਕੋਲ, ਇਹ ਸਰ ਸਾਨੂੰ ਨਾ ਐਵੇਂ ਖਰਾਬ ਕਰ ਰਹੇ, ਪੰਜਾਬ ਪੁਲਿਸ ਨੂੰ ਵੀ ਖਰਾਬ ਕਰਦੇ ਆ ਵੀ ਸਹੀ ਕੰਮ ਨਾ ਕਰਨ, ਜੋ ਕਿ ਪੰਜਾਬ ਪੁਲਿਸ ਸਾਡੀ SHO ਸਾਹਿਬ ਸਹੀ ਕੰਮ ਕਰ ਰਹੇ ਨੇ ਸਰ, ਇਹ ਨਿਓਲਾ ਪਿੰਡ ਦਾ ਸਰ।
ਇਹ ਸਰ ਇੱਥੇ ਧਰਨਾ ਲਾਈ ਖੜੇ ਸੀ। ਮੈਂ ਤਾਂ ਕੁਦਰਤੀ SHO ਸਾਹਿਬ ਕੋਲ ਮੰਗ ਕਰਨੀ ਆਇਆ ਕਿ ਇਹਨਾਂ ਤੇ ਕਾਰਵਾਈ ਕਰੋ, ਜੋ ਇਹਨਾਂ ਸਰਕਾਰ ਦਾ ਸਮਾਨ ਦੀ ਲੁੱਟਮਾਰ ਕੀਤੀ ਹੈ ਬਾਹਰਲੇ ਪਾਸੇ ਸਦਰ ਥਾਣਿਆਂ ਦੇ ਬਾਹਰਲੇ ਪਾਸੇ ਫਾਜ਼ਿਲਕਾ ਗੇਟ 'ਚ ਅਸੀਂ ਇੱਥੋਂ ਲੰਘ ਰਹੇ ਸੀ ਸਰ, ਇਹਨਾਂ ਨੇ ਮੁਰਦਾਬਾਦ ਕਹੀ, ਮੈਂ ਇੰਨੀ ਗੱਲ ਕਹੀ ਵੀ ਜਿੰਦਾਬਾਦ SHO ਸਾਹਿਬ, ਪੰਜਾਬ ਪੁਲਿਸ ਜਿੰਦਾਬਾਦ। ਇਹ ਉੱਠ ਕੇ ਹੱਥੇ ਪੱਕੇ ਹੋ ਗਏ ਸਰ। ਮੇਰੀ ADC ਸਾਹਿਬ ਨੂੰ ਮੈਂ ਵੀਡੀਓ ਵਿਖਾਈ ਹੈ, DC ਸਾਹਿਬ ਨੂੰ ਵਿਖਾਈ ਹੈ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਇਹ ਜਿਹੜੀ ਹੈ ਉਹਨਾਂ 'ਤੇ ਕਾਰਵਾਈ ਬਣਦੀ ਹੈ। MLA ਸਾਹਿਬ ਵੀ ਕੁਦਰਤੀ ਉੱਥੇ ਉਸ ਦਿਨ ਮੌਕੇ 'ਤੇ ਗਏ ਸੀ, ਉਹਨਾਂ ਨੇ ਕਿਹਾ ਤੁਹਾਡੇ ਸਰਪੰਚ ਦੇ ਨਾਲ ਇੰਨਾ ਧੱਕਾ ਹੋਇਆ, ਫਿਰ ਤਾਂ ਨਿਓਲਾ ਪਿੰਡ ਦੇ ਵਿੱਚ ਉਹਨਾਂ ਨੂੰ ਸੰਭਾਲੋ ਤੁਸੀਂ, ਕਾਰਵਾਈ ਕਰਵਾਓ, ਕਿਉਂ ਨਹੀਂ ਕਰਵਾ ਰਹੇ? ਅਜੇ ਤੱਕ ਨਹੀਂ ਹੋਈ ਸਰ, ਅਸੀਂ ਜੋ ਮੰਗ ਕਰਦੇ ਵੀ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਅਤੇ ਜਿਹੜਾ ਇਹਨਾਂ ਹੁਣ ਮੇਰੇ ਨਾਲ ਧੱਕਾ ਮੁੱਕੀ ਕੀਤੀ ਨਜਾਇਜ਼, ਇਹ ਵੀ ਇਹਨਾਂ 'ਤੇ ਕਾਰਵਾਈ ਬਣਦੀ। ਹਾਂਜੀ, ਕੁੱਟਮਾਰ ਹੀ ਸਮਝ ਲਓ ਸਰ, ਸਾਰੇ ਗੱਲ ਪੈ ਗਏ ਮੇਰੇ ਕੀਤੀ ਸਰ ਇਹਨਾਂ ਨੇ। ਹਾਂ, ਮੈਂ ਇਕੱਲਾ ਹੈਗਾ ਸੀ ਸਰ, ਅਤੇ ਹੁਣ ਸਰ ਅਸੀਂ ਭਰਾ ਹੋ ਕੇ 40-50 ਬੰਦਾ ਅਸੀਂ ਵੀ ਨਾਰੇ ਲਾਉਂਦੇ ਰਹੇ, ਅਸੀਂ ਇਹ ਕਾਂਗਰਸ ਪਾਰਟੀ ਦੇ। ਜਿਹੜਾ ਅੱਜ ਹੈਗਾ ਸੀ ਪਿੰਡ ਸੁਰੇਸ਼ ਵਾਲੇ ਦੇ ਵਿੱਚ 20 ਦਿਨ ਤੋਂ ਪਹਿਲਾਂ ਦੀ ਇੱਕ ਲੜਾਈ ਹੋਈ ਸੀ, ਉਹ ਲੜਾਈ ਦੇ ਵਿੱਚ 40-50 ਮੁੰਡੇ ਜਿਹੜੇ ਗੁੰਡੇ ਘਰ ਦੇ ਵਿੱਚ ਦਾਖਲ ਹੁੰਦੇ ਨੇ, ਇੱਕ ਮੁੰਡੇ ਦੀ ਲੱਤ ਅਤੇ ਬਾਂਹ ਤੋੜ ਦਿੰਦੇ ਨੇ, ਔਰ ਨਾਲ ਦੇ ਲੇਡੀਜ਼ ਦੇ ਵੀ ਸੱਟਾਂ ਮਾਰਦੇ ਨੇ। ਇੱਕ ਜਿਹੜੇ ਮੁੰਡੇ ਦੀ ਲੱਤ ਬਾਂਹ ਟੁੱਟੀ, ਉਹਨਾਂ ਦਾ ਭਰਾ ਸੀ, ਉਹ ਤੋਂ ਭੱਜ ਕੇ ਆਪਦੇ ਚਾਚੇ ਦੇ ਘਰ ਦੇ ਵਿੱਚ ਦਾਖਲ ਹੁੰਦਾ ਹੈ, ਉਹ ਅੰਦਰ ਵੜ ਜਾਂਦਾ, ਪੇਟੀ ਦੇ ਵਿੱਚ ਨੁੱਕ ਕੇ ਆਪਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ, ਪਰ ਉਹਨਾਂ ਦੀ ਪੇਟੀ ਦਾ ਜਿਹੜਾ ਛਾਬਾ ਹੈ ਉੱਪਰ ਦਾ ਢੱਕਣ, ਉਹਨੂੰ ਤੋੜ ਕੇ ਚੱਕ ਕੇ ਗਿਡਨੈਪ ਕਰਕੇ ਆਪਦੇ ਘਰੇ ਲਿਜਾ ਕੇ ਉਸ ਮੁੰਡੇ ਦੀ ਕੁੱਟ ਮਾਰ ਕਰਦੇ ਆ, ਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਨਾ ਹੀ ਕੋਈ ਰਪਟ ਪਾਈ ਗਈ ਅੱਜ ਤੱਕ। ਅਸੀਂ 29 ਤਰੀਕ ਦੀ ਗੱਲ ਹੈ, ਅਸੀਂ ਲਗਾਤਾਰ 3-4 ਦਿਨ ਵਾਰ ਮਿਲ ਚੁੱਕੇ ਹਾਂ ਇਹਨੂੰ, ਕੱਲ੍ਹ ਗੱਲਬਾਤ ਹੋਈ ਸੀ SHO ਸਾਹਿਬ ਨਾਲ, ਇਹਨਾਂ ਨੇ ਕਿਹਾ ਸੀ ਵੀ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰ ਦਿਆਂਗੇ। ਇੱਕ ਮੋਬਾਈਲ ਸੀ ਜਿਹਦੇ 'ਤੇ ਵੀਡੀਓ ਬਣੀ ਸੀ, ਨਾ ਦੇ ਬਜ਼ੁਰਗ ਕੋਲ ਕਰੇ, ਉਹ ਟੁੱਟਾ ਹੋਇਆ ਸੀ ਮੋਬਾਈਲ, ਬਕਾਇਦਾ ਮਲਕੀ ਜਾਂਦਾ ਕਰੇ, ਉਹਨਾਂ ਨੂੰ ਧਮਕੀ ਦੇ ਕੇ ਮੋਬਾਈਲ ਵੀ ਖੋਹ ਕੇ ਲੈ ਕੇ ਆ ਜਾਂਦਾ ਸੀ। ਸੁਰੇਸ਼ ਵਾਲੇ ਦਾ ਇਹ ਮਸਲਾ ਹੈ, ਜਦੋਂ ਉਹ ਲੈ ਕੇ ਆ ਜਾਂਦਾ, ਅਸੀਂ ਇਹਨਾਂ ਨੂੰ ਬਕਾਇਦਾ ਕਿਹਾ ਸੀ SHO ਨੂੰ ਜੋ ਮੈਟ ਮੁਤਾਬਕ ਬਣਦੀ ਇੱਕ ਕਾਨੂੰਨੀ ਕਾਰਵਾਈ ਕਰ ਦਿਓ, ਉਹ ਤੋਂ ਬਾਅਦ ਜਿਹੜਾ ਇਹਨਾਂ ਦਾ ਬੈਠ ਕੇ ਜੇ ਸਹੀ ਜਿੰਨਾ ਉਹਨਾਂ ਨੇ ਦੋਸ਼ ਕੀਤਾ ਆਪਦਾ ਦੋਸ਼ ਮੰਨਦੇ ਨੇ, ਤੋਂ ਬੈਠ ਕੇ ਹੱਲ ਹੋ ਜਾਣਾ ਚਾਹੀਦਾ। ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਐਵੇਂ ਕਲੇਸ਼ ਵਧੇ, ਪਰ ਜੇ ਕੋਈ ਆਪ ਨੂੰ ਨੇਰਗਰਦੀ ਸਮਝੇ ਮੈਂ ਗੁੰਡਾ ਬਣਾ, ਤਾਂ ਅਸੀਂ ਗੁੰਡਾ ਕਿਸੇ ਨੂੰ ਕਾਨੂੰਨ ਮੁਤਾਬਕ ਨਹੀਂ ਬਣਨ ਦੇਵਾਂਗੇ, ਕਿਉਂਕਿ ਪਹਿਲੇ ਵੀ ਸਾਡੀ ਪਾਰਟੀ CPI ਦਾ ਔਰ ਜਥੇਬੰਦੀਆਂ ਦਾ ਇਤਿਹਾਸ ਹੈ, ਕਿਉਂਕਿ ਅਸੀਂ ਹਮੇਸ਼ਾ ਨੰਗੀ ਸੈਲ 'ਤੇ ਲੋਕਾਂ ਦੇ ਨਾਲ ਖੜ ਕੇ ਲੋਕਾਂ ਦੀ ਲੜਾਈ ਲੜਨ ਵਾਲੇ ਹਾਂ। ਉਹ ਪਿੰਡ ਨੌਲਾਂ ਦਾ ਇੱਕ ਮਸਲਾ ਹੈ, ਬਕਾਇਦਾ ਨੌਲਾਂ ਪਿੰਡ ਦੇ ਵਿੱਚ ਲਗਭਗ ਪਿਛਲੇ ਕਾਫੀ ਦਿਨ ਹੋ ਗਏ, ਜਿਹੜਾ ਸਰਪੰਚ ਰਾਣੋ ਬਾਈ ਹੈ ਉਹਦਾ ਲੜਕਾ ਜਿਹੜਾ, ਉਹਨਾਂ ਨੇ ਉਸ ਸਮੇਂ ਤੇ ਗ੍ਰਾਂਟ ਆਈ ਸੀ 4 ਲੱਖ ਰੁਪਈਆ, ਅਤੇ ਜਿਹੜਾ ਵਾਟਰ ਬਕਸ ਸੀ ਉਹ ਹੈਂਡ ਓਵਰ ਕਰਨਾ ਸੀ ਉਹਨਾਂ ਨੇ ਪੰਚਾਇਤ ਦੇ, ਪਰ ਪੰਚਾਇਤ ਦੇ ਵਿੱਚ ਬਕਾਇਦਾ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਸਹਿਮਤੀ ਨਾਲ ਮਤਾ ਪੈਣਾ ਸੀ, 4 ਲੱਖ ਰੁਪਈਏ ਨੂੰ ਖੁਰਦ ਬੁਰਦ ਕਰਨ ਵਾਸਤੇ ਕੋਈ ਮੰਨ ਕੇ ਮਤਾ ਦੂਸਰਿਆਂ ਦਾ ਨਹੀਂ, ਇਕੱਲੇ ਆਪ ਦੇ ਮੁਤਾਬਕ ਆਪਦਾ ਮੁੰਡਾ ਰੱਖ ਕੇ ਉੱਥੇ, ਅਤੇ ਇਹਨਾਂ ਨੇ ਉਹ ਜਿਹੜਾ ਆਪਦੇ ਹੱਥ ਵਿੱਚ ਲੈ ਲਿਆ ਸੀ, ਪਰ ਉੱਥੋਂ ਜਿਹੜਾ ਸਮਾਨ ਲਗਾਤਾਰ ਖੁਰਦ ਬੁਰਦ ਹੋ ਰਿਹਾ ਸੀ, ਪਿੰਡ ਦੇ ਜਿਹੜੇ ਲੋਕ ਸੀ ਉਹ ਉੱਥੇ ਜੁੜੇ, ਮੋਤਬਾਰ 3 ਮੈਂਬਰ ਸੀ ਨਾਲ, 50-60 ਬੰਦੇ ਉਹਨਾਂ ਨੇ ਬਕਾਇਦਾ ਸਾਈਨ ਕਰਕੇ ਜਿਹੜਾ ਸਮਾਨ ਸੀ ਉਹ ਸਮਾਨ ਵਿੱਚ ਲੈ ਕੇ ਸਾਰਾ ਸਮਾਨ ਜਿਹੜਾ ਹੈਗਾ ਸੀ, ਤੋ ਬਕਾਇਦਾ ਉੱਧਰ ਜਿਹੜਾ ਵਾਟਰ ਬਕਸ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਸੂਚਿਤ ਕੀਤਾ, SHO ਸਾਹਿਬ ਨੂੰ ਵੀ ਸੂਚਿਤ ਕੀਤਾ ਵੀ ਆਹ ਸਮਾਨ ਸਾਡੇ ਕੋਲ ਸੇਫ ਪਿਆ ਹੈ। ਬਕਾਇਦਾ ਬਲਵੀਰ ਸਿੰਘ ਜਿਹੜੇ ਨੇ ਉਹਨਾਂ ਦਾ ਬ੍ਰਦਰ ਉੱਥੇ ਮੌਕੇ 'ਤੇ ਪੰਚਾਇਤ ਦੇ ਵਿੱਚ, ਉਹਦੀ ਵੀਡੀਓ ਵਿੱਚ ਉਹ ਕਹਿੰਦਾ ਜਿਹੜੇ ਮੁੰਡੇ ਮੇਰੇ ਇੱਥੇ ਦਾਰੂ ਪੀ ਕੇ ਬੈਠੇ ਹੋਏ ਸੀ ਚੋਰੀ ਕਰਕੇ ਜਿਹੜਾ ਸਮਾਨ ਲੈ ਗਏ, ਮੈਂ ਬਕਾਇਦਾ ਪੰਚਾਇਤ ਦੇ ਵਿੱਚ ਲਿਆ ਕੇ ਦੇਵਾਂਗਾ ਅਤੇ ਆਪਾਂ ਬੈਠ ਕੇ ਪਿੰਡ ਵਿੱਚ ਮਸਲਾ ਹੱਲ ਕਰਾਂਗੇ। ਉਹ ਵਿੱਚ 1 ਕਰੋੜ ਲਿਆ ਕੇ ਦਿੰਦਾ ਵੀ ਹੈ ਪੰਚਾਇਤ ਨੂੰ, ਦੂਸਰਾ ਜਿਹੜਾ ਕਹਿੰਦਾ ਵੀ ਮੰਨ ਕੇ ਚੱਲ ਮੈਂ 1 ਦਿਨ ਬਾਅਦ ਵਿੱਚ ਦੇ ਦਿਆਂਗਾ, ਵੀਡੀਓ ਵੀ ਉਹਦੀ ਹੈਗੀ ਹੈ, ਪਰ ਉਹ ਸਮਾਨ ਨਹੀਂ ਦਿੰਦਾ, ਉਸ ਤੋਂ ਬਾਅਦ ਨਹੀਂ ਦਿੰਦਾ ਜਿਹੜਾ ਸਮਾਨ ਪੰਚਾਇਤੀ ਤੌਰ 'ਤੇ ਗੁਆਂਢੀ ਘਰ ਦੇ ਵਿੱਚ ਰੱਖਿਆ ਹੋਇਆ ਉਹਦਾ ਬਕਾਇਦਾ ਇਹਨਾਂ ਨੇ ਲਿਸਟ ਬਣਾਈ ਹੈ, ਸਾਰਾ ਸਮਾਨ ਜਿਹੜਾ ਹੈਗਾ ਉਹ ਇਹਨਾਂ ਕੋਲ ਹੈਗਾ ਹੈ। ਬਕਾਇਦਾ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ, ਅਟਰ ਬਕਸ ਵਾਲਿਆਂ ਨੂੰ ਸੂਚਿਤ ਕੀਤਾ। ਮਾਮਲਾ ਇਹ ਵੀ ਅਸੀਂ ਸ਼ਾਂਤਮਾਈ ਜਿਹੜਾ SHO ਦੇ ਖਿਲਾਫ਼ ਧਰਨਾ ਲਾਇਆ, ਜਿਹੜੀ ਸਾਡੀਆਂ ਬਣਦੀਆਂ
ਮੈਟ ਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਾਉਣ ਦੇ ਸੰਬੰਧ ਵਿੱਚ। ਪਰ ਜਿਹੜਾ ਬਲਵੀਰ ਸਿੰਘ ਉਹ ਬਕਾਇਦਾ ਇੱਥੇ ਆ ਕੇ ਗੱਲ ਪੈਂਦਾ ਮੇਰੇ, ਅਤੇ ਬਕਾਇਦਾ ਮੇਰਾ ਮਹਿਕ ਵੀ ਖੁਆਉਂਦਾ ਔਰ ਮੇਰੇ ਨਾਲ ਜਿਹੜਾ ਉਸ ਤਰ੍ਹਾਂ ਦੇ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ, ਉਹ ਇੱਥੇ ਇਹ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ। ਬਿਲਕੁਲ, ਅਸੀਂ ਪ੍ਰਸ਼ਾਸਨ ਨਾਲ ਕਰ ਚੁੱਕੇ ਹਾਂ, SHO ਸਿਟੀ ਸਚਨ ਜੀ ਆ ਚੁੱਕੇ ਆ, ਜੋ ਕਾਨੂੰਨ ਮੁਤਾਬਕ ਬਣਦੀ ਹੈ ਅਸੀਂ ਉਹ ਕਾਨੂੰਨ ਮੁਤਾਬਕ ਕਾਰਵਾਈ ਚਾਹੁੰਦੇ ਹਾਂ, ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਸੁਧੀਰ ਕੁਮਾਰ, ਐਕਸ ਸਰਪੰਚ ਸੁਰੇਸ਼ ਵਾਲਾ ਜੀ, ਪਿੰਡ ਦੇ ਵਿੱਚ ਡਿਪੂ ਦੀ ਕਣਕ ਆਈ ਸੀ ਜੀ, ਉਹਦੇ 'ਚ ਇੱਕ ਰਮੇਸ਼ ਕੁਮਾਰ ਲੜਕਾ ਹੈ, ਉਹਨੂੰ ਇਹਨਾਂ ਨੇ ਸਾਡੇ ਪਿੰਡ ਦਿਆਂ ਨੇ 3-4 ਸ਼ਰਾਰਤੀ ਤੱਤ ਉਹਨਾਂ ਨੇ ਕੁੱਟਿਆ ਫੁੱਟ ਕੇ, ਅਤੇ ਉਹਨੂੰ ਜੀ ਅਸੀਂ ਕਿਹਾ ਵੀ ਚਲੋ ਕੋਈ ਨਹੀਂ, ਬੱਚਾ ਲੜਾਈ ਝਗੜੇ ਹੋ ਜਾਂਦੇ ਆ, ਉਹਨਾਂ ਦਾ ਰਾਜ਼ੀਨਾਮਾ ਕਰਾਉਣ ਵਾਸਤੇ 2 ਵਾਰੀ ਕਿਹਾ ਜੀ, ਇਹਨਾਂ ਨੇ ਰਾਜ਼ੀਨਾਮਾ ਨਹੀਂ ਕੀਤਾ। ਰਾਜ਼ੀਨਾਮਾ ਨਾ ਕਰਨ ਤੋਂ ਬਾਅਦ ਇਹਨਾਂ ਨੇ 2-4 ਵਾਰੀ ਹੋਰ ਉਹਨਾਂ ਨੂੰ ਛੇੜਿਆ, ਤਾਂ ਉਹਨਾਂ ਬੱਚਿਆਂ ਦੀ ਫਿਰ ਲੜਾਈ ਹੋ ਗਈ, 2 ਮੁੰਡੇ ਉਹਨਾਂ ਦੇ ਕੁੱਟੇ ਗਏ। ਫਿਰ ਵੀ SHO ਸਾਹਿਬ ਨੇ ਅੱਜ ਸਵੇਰੇ ਬੁਲਾਇਆ ਸੀ ਵੀ ਚਲੋ ਤੁਹਾਡਾ ਰਾਜ਼ੀਨਾਮਾ ਕਰਾ ਦਿੰਦੇ ਹਾਂ, SHO ਸਾਹਿਬ ਦੀ ਇਹਨਾਂ ਨੇ ਗੱਲ ਨਹੀਂ ਮੰਨੀ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਚਲੋ ਕੋਈ ਗੱਲ ਨਹੀਂ, ਜੇ ਪਿੰਡ ਦੇ ਹੈ ਜੀ, ਪਿੰਡ ਦੇ ਆਪਸ 'ਚ ਰਾਜ਼ੀਨਾਮੇ ਹੀ ਹੁੰਦੇ ਆ, ਝਗੜੇ ਹੋ ਜਾਂਦੇ ਆ, ਤਾਂ ਪਰ ਉਹਨਾਂ ਨੇ ਗੱਲ ਨਹੀਂ ਮੰਨੀ। ਇਹ ਜੀ ਕਾਪੇ ਰੱਖਦੇ ਆਪਦੇ ਹੱਥ 'ਚ ਔਰ ਇਹ ਲੜਾਈ ਝਗੜਾ ਕਰਨ ਨੂੰ ਹੈ ਜੀ, ਇੱਕ ਸੰਨੀ ਹੈ ਅਤੇ ਇੱਕ ਬੋਬੀ ਕਿੱਥ ਵਾਲੇ ਦੇ ਆ, ਇਹਦੇ 'ਚ ਜੀ ਉਹਨਾਂ ਨੇ ਸਾਡੇ ਖਿਲਾਫ਼ ਧਰਨਾ ਲਾਇਆ ਸੀ, ਅਸੀਂ ਉਹਨਾਂ ਦੇ ਸਾਹਮਣੇ ਧਰਨਾ ਲਾਇਆ ਸੀ। ਕਾਮਰੇਡ ਜੀ ਕਾਮਰੇਡ ਤਾਂ ਹੋਰ ਪਿੰਡਾਂ ਦੇ ਇਕੱਠੇ ਹੋ ਕੇ ਆ ਜਾਂਦੇ, ਸਾਡੇ ਪਿੰਡ ਦਾ ਤਾਂ ਕੋਈ ਬੰਦਾ ਹੀ ਨਹੀਂ ਸੀ। ਉਹ 4 ਮੁੰਡੇ ਆ ਜੀ ਜਿਹੜੇ ਸ਼ਰਾਰਤੀ ਤੱਤਵ ਹੈ, ਉਹ ਇਕੱਠੇ ਹੋਏ ਸੀ, ਉਹ ਕਹਿੰਦੇ ਸਾਡੀ ਸੁਣਵਾਈ ਨਹੀਂ ਹੁੰਦੀ। ਅਸੀਂ ਕਹਿੰਦੇ ਵੀ SHO ਸਾਹਿਬ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਨਾਲ ਮੱਥਾ ਮਾਰ ਲਿਆ, ਤੁਸੀਂ ਰਾਜ਼ੀਨਾਮਾ ਕਰੋ। ਰਾਜ਼ੀਨਾਮਾ ਉਹਨਾਂ ਨੇ ਕੀਤਾ ਨਹੀਂ, SHO ਸਾਹਿਬ ਨੇ ਚੱਕ ਕੇ ਦੋਨੋਂ ਪਾਰਟੀਆਂ 'ਤੇ ਪਰਚਾ ਦਰਜ ਕਰਤਾ। ਸਾਨੂੰ ਇਨਸਾਫ਼ ਮਿਲੇ, ਸਾਡੇ ਬੱਚੇ ਨੂੰ ਇਨਸਾਫ਼ ਮਿਲੇ ਜੀ। ਇਹਨਾਂ ਨੇ ਕਾਮਰੇਡਾਂ ਨੇ ਤਾਂ ਧੰਦਾ ਬਣਾ ਰੱਖਿਆ ਜੀ, ਆ ਕੇ ਅਤੇ ਡੰਡੇ ਲੈ ਕੇ ਬਹਿ ਜਾਂਦੇ ਜੀ। ਇਹਨਾਂ ਨੂੰ ਕਾਮਰੇਡਾਂ ਨੂੰ ਤਾਂ ਜਿੱਥੇ ਵੀ ਕੋਈ ਮੌਕਾ ਮਿਲਦਾ ਉੱਥੇ ਜਾ ਕੇ ਬਹਿ ਜਾਂਦੇ। ਕਾਨੂੰਨ ਦਾ ਸਹਾਰਾ ਲਵਾਂਗੇ ਜੀ, ਜੋ ਵੀ ਕਾਨੂੰਨ ਸਾਡਾ ਸਾਥ ਦੇਵੇਗਾ ਅਸੀਂ ਉੱਥੇ ਖੜਾਂਗੇ। ਪਿੰਡ ਸੁਰੇਸ਼ ਵਾਲਾ ਦੇ ਵਿੱਚ ਪਿਛਲੇ ਦਿਨੀ 2 ਪਾਰਟੀਆਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਸੀ, ਅਸੀਂ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਬਿਠਾ ਕੇ ਉਹਨਾਂ ਦਾ ਕੰਪਰੋਮਾਈਜ਼ ਹੋ ਜੇ, ਪਰ ਉਹਨਾਂ ਦੇ ਵਿੱਚੋਂ ਹੀ ਕੁਛ ਬੰਦੇ ਸੀ ਜਿਹੜੇ ਇਸ ਰਾਜ਼ੀਨਾਮੇ ਦੇ ਬਰਖਿਲਾਫ਼ ਸੀ। ਅੱਜ ਦੋਨਾਂ ਪਾਰਟੀਆਂ ਦੇ ਜੋ ਜੋ ਧਾਰਾਵਾਂ ਬਣਦੀਆਂ ਸੀ ਮੈਡੀਕਲ ਦੇ ਆਧਾਰ 'ਤੇ, ਦੋਨਾਂ ਪਾਰਟੀਆਂ ਦੇ ਕ੍ਰੋਸ ਪਰਚਾ ਦਰਜ ਕਰ ਦਿੱਤਾ। ਹਾਲੇ ਇਨਵੈਸਟੀਗੇਸ਼ਨ ਜਾਰੀ ਹੈ ਜੀ, ਦੇਖਦੇ ਹਾਂ ਫਰਦਰ ਕੀ ਨਿਕਲ ਕੇ ਆਉਂਦਾ, ਜੋ ਵੀ ਆਊਟਕਮ ਹੋਊਗੀ ਇਹਦੀ ਇਨਵੈਸਟੀਗੇਸ਼ਨ ਦੀ, ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ। ਦੇ ਵਿੱਚ ਨਾ ਆਪਣਾ ਸੁਰੇਸ਼ ਵਾਲੇ ਜਿਹੜਾ ਇੱਕ ਲੜਾਈ ਝਗੜਾ ਹੋਇਆ ਸੀ ਉਸ ਸੰਬੰਧੀ ਜਿਹੜਾ ਇਹਨਾਂ ਦੇ ਬਿਆਨ ਲਿਖੇ ਸੀ ਅਤੇ ਜਿਹੜੀ ਕਾਰਵਾਈ ਪੈਂਡਿੰਗ ਸੀ ਜਿਹਦੇ ਕਰਕੇ ਜਿਹੜਾ ਇਹਨਾਂ ਵੱਲੋਂ ਧਰਨਾ ਲਗਾਇਆ ਗਿਆ ਸੀ, ਅਤੇ ਜਿਹੜਾ ਅਸੀਂ ਇਹਦੇ ਸੰਬੰਧੀ ਕਾਰਵਾਈ ਕਰ ਰਹੇ ਹਾਂ ਅਤੇ ਇਹਨਾਂ ਦਾ ਜਿਹੜਾ ਧਰਨਾ ਚੁਕਾਇਆ ਜਾ ਚੁੱਕਾ, ਜਿਹੜਾ ਵੀ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।